ਪ੍ਰਸਿੱਧ ਕਬੱਡੀ ਖਿਡਾਰੀ ਸ਼ੰਭੂ ਪਰੋਲੀ ਨੇ ਸਰੀ ਵਿੱਚ ਜੇਪੀ ਟਰਾਂਸਮਿਸ਼ਨ ਖੋਲ ਦਿੱਤਾ ਹੈ। ਹਰ ਤਰ੍ਹਾਂ ਦੀਆਂ ਕਾਰਾਂ ਅਤੇ ਟਰੱਕਾਂ ਦੇ ਟਰਾਂਸਮਿਸ਼ਨ ਦੀ ਮੁਰੰਮਤ ਦਾ ਕੰਮ ਕਰਦੇ ਹਨ। SUV ਅਤੇ 4x4 ਟਰੱਕਾਂ ਦੀ ਟਰਾਂਸਮਿਸ਼ਨ ਠੀਕ ਕਰਨ ਦਾ ਪਿਛਲੇ 15 ਸਾਲ ਦਾ ਤਜਰਬਾ ਹੈ। ਫੋਨ ਨੰਬਰ 604-589-1217 ਅਤੇ 604-497-1217 ਹੈ। ਜੇਪੀ ਟਰਾਂਸਮਿਸ਼ਨ ਵੈਲ ਟੀਮ ਪੰਜਾਬੀ ਤੇ ਅਸੀਂ ਐਥਲੀਟਸ ਦੀ ਇੰਟਰਵਿਊਜ਼ ਤੋਂ ਇਲਾਵਾ ਅਸੀਂ ਇਹਨਾਂ ਐਥਲੀਟਸ ਨੂੰ ਰੈਕਗਨਾਈਜ਼ ਵੀ ਕਰਦੇ ਹਾਂ ਔਨ ਸਟੇਜ। ਵੀ ਆਰ ਟੀਮ ਪੰਜਾਬੀ ਸਪੋਰਟਸ ਅਵਾਰਡਸ ਜਿਹੜੇ ਇਸ ਸਾਲ ਜ਼ਰੂਰ ਹੋਣਗੇ ਅਤੇ ਅਸੀਂ ਉਹਦੀ ਇਨਫੋਰਮੇਸ਼ਨ ਤੁਹਾਡੇ ਲਈ ਜਲਦ ਹੀ ਲੈ ਕੇ ਆਵਾਂਗੇ। ਆਈ ਥਿੰਕ ਸਾਡੇ ਪ੍ਰੋਡਿਊਸਰ ਸਾਨੂੰ ਦੱਸਦੇ ਸੀਗੇ ਕਿ ਜਿਹੜਾ ਆਪਾਂ ਸ਼ੋਅ ਕਰਾਉਣਾ ਇਸ ਸਾਲ ਉਹਦੀ ਰਜਿਸਟ੍ਰੇਸ਼ਨ ਵੈਰੀ ਸੂਨ ਇਜ਼ ਓਪਨਿੰਗ। ਯਾ, ਇਟ ਵਿਲ ਬੀ ਓਪਨ ਸੂਨ ਐਂਡ ਵੀ ਵਿਲ ਟੈਲ ਯੂ ਅਬਾਊਟ ਇਟ ਇਨ ਆਰ ਅਪਕਮਿੰਗ ਐਪੀਸੋਡਸ। ਦੈਟਸ ਵਾਈ ਦੋਸਤੋ ਕਿ ਜੇ ਤੁਸੀਂ ਸਾਡਾ ਟੀਮ ਪੰਜਾਬੀ ਫੇਸਬੁੱਕ ਪੇਜ ਤੁਸੀਂ ਲਾਈਕ ਕਰੋਗੇ ਤਾਂ ਸ਼ੇਅਰ ਕਰੋਗੇ, ਉੱਥੇ ਆਪਾਂ ਰੈਗੂਲਰਲੀ ਅਪਡੇਟ ਦਿੰਦੇ ਰਹਿੰਦੇ ਹਾਂ। ਸੋ ਜੇ ਤੁਸੀਂ ਸ਼ੋਅ ਸਾਡਾ ਅਟੈਂਡ ਕਰਨਾ ਚਾਹੁੰਦੇ ਹੋ, ਉਹਦੀ ਟਿਕਟਸ ਜਾਂ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਹੋ, ਸਾਨੂੰ ਸਾਡੇ ਫੇਸਬੁੱਕ ਪੇਜ 'ਤੇ ਯੂ ਕੈਨ ਕੀਪ ਅਪ ਵਿਦ ਇਟ। ਐਂਡ ਜਿੰਨੇ ਵੀ ਆਪਾਂ ਪਲੇਅਰ ਦੀ ਇੰਟਰਵਿਊ ਕਰਦੇ ਹਾਂ, ਆਪਾਂ ਬਸ ਟੀ ਵੀ 'ਤੇ ਨਹੀਂ ਇਕੱਲੇ ਦਿਖਾਉਂਦੇ, ਆਪਾਂ ਕੰਟੀਨਿਊਸਲੀ ਗੱਲ ਵੀ ਆਪਾਂ ਦੋਨੋਂ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਆਪਾਂ ਚਾਹੁੰਦੇ ਕਿ ਜਿਨ੍ਹਾਂ ਦੀ ਆਪਾਂ ਇੰਟਰਵਿਊ ਕੀਤੀ ਆ ਉਹਨਾਂ ਦਾ ਨਾਂ ਵਧੇ। ਨਾਲੇ ਟੀ ਵੀ ਤਾਂ ਆਪਾਂ ਜਿਹੜਾ ਹੁਣ ਘਰ ਵਿੱਚ ਹਾਊਸ ਹੋਲਡ ਕੈਨੇਡਾ ਵਿੱਚ ਆਪਾਂ ਵਿਜ਼ਨ ਟੀ ਵੀ ਜਾਂ ਸ਼ਾਅ ਮਲਟੀਕਲਚਰ 'ਤੇ ਦੇ ਰਹੇ ਹਾਂ, ਪਰ ਇੰਟਰਨੈਟ ਇੱਕ ਇੰਨੀ ਪਾਵਰਫੁਲ ਚੀਜ਼ ਆ ਜੋ ਆਪਾਂ ਜਿਹਨੂੰ ਵੀ ਆਪਾਂ ਇੰਟਰਵਿਊ ਕਰੀਏ ਉਹਨਾਂ ਦੀ ਇਨਫੋਰਮੇਸ਼ਨ ਭਾਵੇਂ ਆਪਾਂ ਇੰਡੀਆ, ਸ਼੍ਰੀਲੰਕਾ, ਆਸਟ੍ਰੇਲੀਆ ਤੱਕ ਵੀ ਪਹੁੰਚਾ ਸਕਦੇ ਹਾਂ। ਸੋ ਜ਼ਰੂਰ ਸਾਡਾ ਫੇਸਬੁੱਕ ਪੇਜ ਲਾਈਕ ਕਰੋ। ਯਾ, ਐਂਡ ਸੇਮ ਵਿਦ ਦ ਟੂਰਨਾਮੈਂਟਸ, ਜਿਹੜੇ ਆਪਾਂ ਟੂਰਨਾਮੈਂਟਸ ਲਾਈਵ ਦਿਖਾਉਂਦੇ ਹਾਂ, ਜਿਹੜੇ ਵੀ ਆਪਾਂ ਸਪੋਰਟਸ ਇਵੈਂਟਸ ਕਵਰ ਕਰਦੇ ਹਾਂ, ਉਹ ਵੀ ਆਪਾਂ ਆਪਣੇ ਫੇਸਬੁੱਕ ਪੇਜ 'ਤੇ ਜ਼ਰੂਰ ਸ਼ੇਅਰ ਕਰਦੇ ਹਾਂ। ਅਤੇ ਚਲੋ ਹੁਣ ਆਪਾਂ ਅਗਲੇ ਟੂਰਨਾਮੈਂਟ ਦੀ ਥੋੜ੍ਹੀ ਗੱਲਬਾਤ ਕਰੀਏ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਜਿਹੜੀ ਰੈਸਲਿੰਗ ਟੀਮ ਆ ਉਹਨਾਂ ਦਾ ਕੋਚ ਆ ਅਰਜਨ ਪੋਲਰ ਜੀ, ਉਹਨਾਂ ਤੋਂ ਆਪਾਂ ਟਿਪਸ ਲਈਏ ਕਿ ਰੈਸਲਿੰਗ ਕਿੱਦਾਂ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਹੈ। Here at the University of Fraser Valley, we have towards volleyball. Next technique I want to throw is a foot sweep from space. So this is the position a lot of us wrestle in when we start. I control his hand, control his head. Best time to foot sweep someone is either when he's about to step or as he's lifting his foot, right? So the one I'm going to show you is as he's lifting his foot. So I'm going to pull him down, plant his weight here, and then as he comes up, I'm going to come through and foot sweep, right? So I'm here, I come down, I pull, as he comes up, he comes here, that's the foot sweep. I kick through, boom. Next position I'm going to cover, same start in the under rope. I've got the wrist, I'm in here controlling my offense. I'm going to come in for a foot sweep. So what I want to do is I'm going to step this way. As I step this way, I pull and I hit my foot on this side to get him to fall onto his back. So if I'm here, he stays upright. I step this way, off, visit,